ਗੁਰਦੁਆਰਾ ਸਿੱਧਸਰ ਈਸ਼ਰਪੁਰਾ ਅਲਹੋਰਾ ਸਾਹਿਬ ਨੇੜੇ ਨਾਭਾ ਜ਼ਿਲ੍ਹਾ ਪਟਿਆਲਾ ਵਿਖੇ ਬ੍ਰਹਮ ਗਿਆਨੀ ਮਹਾਨ ਤਪਸਵੀ ਰਾਜਾ ਯੋਗੀ ਸ੍ਰੀ ਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਅਲਹੋਰਾ ਵਾਲਿਆਂ ਦੀ 14ਵੀਂ ਸਲਾਨਾ ਬਰਸੀ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ। ਮੁੱਖ ਸੇਵਾਦਾਰ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਦੇਖਰੇਖ ਹੇਠ ਗੁਰਦੁਆਰਾ ਸਿੱਧਸਰ ਈਸ਼ਰਪੁਰਾ ਅਲਹੋਰਾ ਸਾਹਿਬ ਪ੍ਰਬੰਧਕ ਕਮੇਟੀ ਸਮੂਹ ਸੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਹਨਾਂ ਸਮਾਗਮਾਂ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਅਤੇ ਅਸਥਾਨ ਤੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲ ਕੀਤਾ। ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ, ਸੋ ਦੁੱਖ ਕੈਸਾ ਪਾਵੇ। ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ, ਸੋ ਦੁੱਖ ਕੈਸਾ ਪਾਵੇ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਬੋਲ ਨਾ ਜਾਣੇ ਇਸ ਮੌਕੇ ਅਰੰਭੇ ਪਾਠਾਂ ਦੇ ਭੋਗ ਪਾਏ ਗਏ। ਸੰਤ ਬਾਬਾ ਸਰਬਜੀਤ ਸਿੰਘ ਸੰਧੂਆ, ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣਾ, ਸੰਤ ਬਾਬਾ ਪਿਆਰਾ ਸਿੰਘ ਜੀ ਸਿਰਥਲੇ ਵਾਲੇ, ਬਾਬਾ ਦਰਸ਼ਨ ਸਿੰਘ ਜੀ ਬਾਠਾ, ਸੰਤ ਜਸਪਾਲ ਸਿੰਘ ਜੀ ਤਾਲੀਆਂ, ਬਾਬਾ ਰੋਸ਼ਨ ਸਿੰਘ ਜੀ ਦਬਲਾਨ, ਬਾਬਾ ਗੁਰਮੁਖ ਸਿੰਘ ਜੀ ਆਲੋਵਾਲ, ਬਾਬਾ ਪੰਜਾਬ ਸਿੰਘ ਜੀ, ਸੰਤ ਗੁਰਵਿੰਦਰ ਸਿੰਘ ਜੀ ਮਾਂਡੀ ਵਾਲੇ, ਬੀਬੀ ਉਜਾਗਰ ਕੌਰ ਜੀ ਰਤਵਾੜਾ ਸਾਹਿਬ, ਸੰਤ ਰਣਜੀਤ ਸਿੰਘ ਜੀ ਢਿੰਗੀ ਵਾਲਿਆਂ ਤੋਂ ਇਲਾਵਾ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਨਾ ਨੀ ਜਿੰਦੇ ਮੇਰੀਏ, ਸੰਤ ਹਮਾਰਾ ਕਹਿਣਾ ਨੀ ਜਿੰਦੇ ਮੇਰੀਏ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ ਨੀ ਜਿੰਦੇ ਮੇਰੀਏ, ਸੰਤ ਹਮਾਰਾ ਗਹਿਣਾ ਨੀ ਜਿੰਦੇ ਮੇਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਜੇ ਕੋਈ ਜੀਵ ਪਰਮਾਤਮਾ ਬਾਰੇ ਕੁਛ ਬਿਆਨ ਕਰੇ ਤਾਂ ਨਾਮੁਮਕਿਨ ਬਾਤ ਹੈ। ਪਰਮੇਸ਼ਰ ਬਾਰੇ ਕੁਛ ਬਿਆਨ ਕਰਨਾ ਜੀਵ ਦੇ ਵੱਸ ਦੀ ਗੱਲ ਨਹੀਂ ਹੈ। ਅਤੇ ਫਿਰ ਬੇਨਤੀ ਕੀਤੀ, ਮਹਾਰਾਜ ਪਰਮੇਸ਼ਰ ਤਾਂ ਹੈ ਹੀ ਬੇਅੰਤ, ਫਿਰ ਕੋਈ ਉਹਨਾਂ ਦਾ ਪਿਆਰਾ ਹੋਵੇ, ਰੱਬ ਦਾ ਪਿਆਰਾ ਹੋਵੇ, ਜੇ ਉਹਨਾਂ ਬਾਰੇ ਕੁਛ ਕਹਿਣਾ ਹੋਵੇ ਤਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸਾਧ ਕੀ ਮਹਿਮਾ ਵੇਦ ਨਾ ਜਾਣੇ। ਜਿਹੜੇ ਚਾਰੇ ਵੇਦ ਬ੍ਰਹਮਾ ਜੀ ਨੇ ਪਰਮਾਤਮਾ ਦੀ ਉਸਤਤ ਕਰਦਿਆਂ ਕਰਦਿਆਂ ਉਚਾਰਨ ਕਰ ਦਿੱਤੇ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਚਾਰੇ ਵੇਦ ਵੀ ਰੱਬ ਦੇ ਪਿਆਰਿਆਂ ਦੀ ਵਡਿਆਈ ਨਹੀਂ ਕਰ ਸਕਦੇ। ਲੱਗਦੇ ਰਹਿਣ ਯਾਦ ਵਿੱਚ ਤੇਰੀ ਪਿਆਰਿਆ,
ਵਿੱਚ ਸਦਾ ਲੰਘਦੇ ਰਹਿਣਗੇ ਮੇਲੇ ਲੰਘਦੇ ਰਹਿਣਗੇ ਮੇਲੇ ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਹੁਕਮਨਾਮੇ ਵੀ ਲਏ ਗਏ। ਮੇਰੇ ਰਾਮ ਰਾਏ, ਮੇਰੇ ਰਾਮ ਰਾਏ, ਮੇਰੇ ਰਾਮ ਰਾਏ, ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ, ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਪਾਉ ਕਿਛ ਨਾਹੀਂ। ਸਾਰੇ ਸਮਾਗਮਾਂ ਮੌਕੇ ਸਟੇਜ ਨੂੰ ਭਾਈ ਰਣਧੀਰ ਸਿੰਘ ਢੀਂਡਸਾ ਸੈਕਟਰੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਟਰੱਸਟ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲਿਆ। ਸਾਡੇ ਰਿਪੋਰਟਰ ਗੌਰਵ ਗਰਗ ਸ਼ੇਰਪੁਰ ਨਾਲ ਗੱਲਬਾਤ ਕਰਦਿਆਂ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਨੇ ਆਪਣੇ ਵਿਚਾਰ ਰੱਖੇ। ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਲੌਰਾ ਸਾਹਿਬ ਵਾਲਿਆਂ ਦੀ 14ਵੀਂ ਸਲਾਨਾ ਬਰਸੀ ਗੁਰਦੁਆਰਾ ਸਿਦਸਰ ਅਲੌਰਾ ਵਿਖੇ ਜੋ ਨਾਭਾ ਦੇ ਨਜ਼ਦੀਕ ਹੈ ਬੜੀ ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਮਨਾਈ ਜਾ ਰਹੀ ਹੈ। ਜੋ ਮਹਾਂਪੁਰਸ਼ਾਂ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਹੁਕਮ ਵਿੱਚ ਰਹਿ ਕੇ ਬਹੁਤ ਲੰਮਾ ਸਮਾਂ ਗੁਰੂ ਘਰ ਦੀ ਸੇਵਾ ਅਤੇ ਸਿਮਰਨ ਕੀਤਾ, ਰਾੜਾ ਸਾਹਿਬ ਅਤੇ ਦਬਲਾਨ ਸਾਹਿਬ ਵਿਖੇ ਰਹਿ ਕੇ 1983 ਵਿੱਚ ਇੱਥੇ ਲੌਰਾ ਸਾਹਿਬ ਆਏ। ਗੁਰੂ ਘਰ ਦੀ ਮਰਿਆਦਾ ਅਨੁਸਾਰ ਗੁਰੂ ਕੇ ਲੰਗਰਾਂ ਦੇ ਪ੍ਰਵਾਹ, ਕਥਾ ਕੀਰਤਨ ਦੇ ਪ੍ਰਵਾਹ ਉਸੇ ਤਰ੍ਹਾਂ ਜਾਰੀ ਕੀਤੇ। ਲੱਖਾਂ ਹੀ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਅਨੇਕਾਂ ਗੁਰਮੁੱਖਾਂ ਨੂੰ ਗੁਰਮਤਿ ਦੀ ਵਿੱਦਿਆ ਦਿੱਤੀ, ਅਖੰਡ ਪਾਠੀ ਸਾਹਿਬ ਬਣਾਏ, ਕੀਰਤਨੀ ਬਣਾਏ, ਪ੍ਰਚਾਰਕ ਬਣਾਏ। ਸੋ ਅਕਾਲ ਪੁਰਖ ਦੇ ਹੁਕਮ ਅਨੁਸਾਰ ਅੱਜ ਸਤਾਈ ਜੂਨ ਹੈ 2003 ਨੂੰ ਅਕਾਲ ਪੁਰਖ ਦੇ ਹੁਕਮ ਅਨੁਸਾਰ ਘੱਲਿਆ ਵੈ ਨਾਨਕਾ ਸੱਦੇ ਉੱਠੀ ਜਾਏ ਦੇ ਮਾਕ ਮਹਾਂਵਾਕ ਅਨੁਸਾਰ ਬ੍ਰਹਮਲੀਨ ਹੋਏ ਸੱਚਖੰਡ ਜਾ ਬਰਾਜੇ। ਉਹਨਾਂ ਦੀ ਯਾਦ ਵਿੱਚ ਸਲਾਨਾ ਬਰਸੀ ਮਨਾਈ ਜਾ ਰਹੀ ਹੈ, ਜਿਹਦੇ ਵਿੱਚ ਕਈ ਰੋਜ਼ ਤੋਂ ਅਖੰਡ ਪਾਠ ਸਾਹਿਬਾਂ ਦੇ ਪ੍ਰਵਾਹ ਚੱਲ ਰਹੇ ਸਨ, ਜਿਨ੍ਹਾਂ ਦੇ ਕੱਲ੍ਹ ਸਵੇਰੇ ਭੋਗ ਪੈ ਗਏ ਹਨ। ਅੱਜ ਸਾਰਾ ਦਿਨ ਕਥਾ ਕੀਰਤਨ ਦਾ ਪ੍ਰਵਾਹ ਚੱਲਣਾ ਅਤੇ 10 ਵਜੇ ਅੰਮ੍ਰਿਤ ਸੰਚਾਰ ਹੋਣਾ ਹੈ। ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ, ਹੋਰ ਵੀ ਸੰਗਤਾਂ ਦੀ ਸਹੂਲਤਾਂ ਵਾਸਤੇ ਕੈਂਪ ਲਾਏ ਗਏ ਹਨ। ਸੋ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਆ ਕੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਜਿੱਥੇ ਜਿੱਥੇ ਸੰਗਤਾਂ ਦੀ ਸੇਵਾ ਮਹਾਂਪੁਰਸ਼ਾਂ ਨੂੰ ਲੱਗੀ ਹੋਈ ਹੈ, ਆਪਣੀ ਤਨਦੇਹੀ ਨਾਲ ਸੰਗਤਾਂ ਨਿਭਾ ਰਹੀਆਂ। ਅਨੇਕਾਂ ਸਤਿਕਾਰਯੋਗ ਮਹਾਂਪੁਰਸ਼ ਪੰਥ ਦੀਆਂ ਹਸਤੀਆਂ ਕੀਰਤਨੀਆਂ ਆ ਕੇ ਹਾਜ਼ਰੀਆਂ ਲਵਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਓ, ਆਪਣਾ ਜਨਮ ਸਫਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾਦਾਰ ਆਉਂਦੀਆਂ ਸੰਗਤਾਂ ਦੇ ਵਾਹਨਾਂ ਦੀ ਸਹੀ ਪਾਰਕਿੰਗ, ਉਹਨਾਂ ਦੇ ਜੋੜਿਆਂ ਦੀ ਸਾਂਭ ਸੰਭਾਲ ਦੀ ਸੇਵਾ ਬਹੁਤ ਹੀ ਤਨਦੇਹੀ ਨਾਲ ਨਿਭਾ ਰਹੇ ਸਨ। ਬੀਬੀਆਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੀਆਂ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ। ਤੇਰੇ ਸੇਵਕ ਕੋ ਪਾਉ ਕਿਛ ਨਾਹੀਂ, ਜਮ ਨਹੀਂ ਆਵੇ ਜਮ ਨਹੀਂ ਆਵੇ
जम नहीं आवे नेरे, जम नहीं आवे नेरे, जिसके सिर ऊपर तू स्वामी, सो दुख कैसा पावे, सो दुख कैसा पावे। वधेरे जानकारी लिए संपर्क करो गौरव गर्ग शेरपुर, मोबाइल 94170-36301 98141-36301 94170-36301 98140-36301।